कांग्रेस पार्टी नूं अपील कर रहे हैं कि रिजर्वेशन एंड रिजर्वेशन के मुद्दे नूं बिल्कुल भी छेड़िया ना जाए। ਇਹਦੇ ਖਿਲਾਫ ਅਸੀਂ ਆਪਣੀ ਜਿਹੜੀ ਹੈਗੀ ਰੋਸ ਪ੍ਰਦਰਸ਼ਨ ਬਹੁਤ ਛੇਤੀ ਕੀ ਤੁਹਾਡਾ ਨਾਮ ਹੈ ਜਿਹੜੀ ਅੱਜ ਇੱਕ ਸੈਕਿੰਡ ਪਹਿਲਾਂ ਤੁਸੀਂ ਅਪਾਈਟ ਤੇ ਬਿਆਰ ਅਗਰੇਟਾ ਗੱਲ ਦੇ ਨਾਲ ਸੰਪਰਕ ਕਰਕੇ ਬਣਾਇਆ ਜਾਂਦਾ ਸੀ ਬਾਕੀ ਬਾਈਟ ਸੀ ਦੱਸ ਦਿਓ ਸ਼ਿੰਦ ਦਾ ਮੁੱਦਾ ਹੋਵੇ ਭਾਵੇਂ ਉਹ ਟਿਕਟ ਵੰਡ ਦਾ ਮੁੱਦਾ ਹੋਵੇ ਭਾਵੇਂ ਉਹ ਬਥੇਰੀਆਂ ਜਿਹੜੀਆਂ ਇੱਥੇ ਵੈਲਫੇਅਰ ਸਕੀਮਾਂ ਜਿਹੜੀਆਂ ਪੰਜ ਮਰਲੇ ਦੇ ਬਲੌਟਾਂ ਦੀਆਂ ਹੋਣ ਭਾਵੇਂ ਹੋਰ ਜਿਹੜੀਆਂ ਐਸਸੀ ਵੈਲਫੇਅਰ ਸਕੀਮਾਂ ਹੋਣ ਤੂੰ ਹੱਥ ਦੀ ਮੂਵਮੈਂਟ ਕਰ ਲੈ ਮੈਨੂੰ ਬਹੁਤ ਹਾਂ ਇਹਦਾ ਅੱਜ ਇੱਥੇ ਗੁਲਮੋਰ ਹੋਟਲ ਲੁਧਿਆਣਾ ਵਿੱਚ ਆਲ ਇੰਡੀਆ ਰੰਗਰੇਟਾ ਦਲ ਵੱਲੋਂ ਇੱਕ ਮੀਟਿੰਗ ਕਰ ਰਹੇ ਹੈਗੇ ਆ ਦੇ ਵਰਕਰਾਂ ਦੇ ਨਾਲ ਪੰਜਾਬ ਦੇ ਅੰਦਰ ਸਾਡੇ ਮਜਬੀਤ ਸਿੱਖ ਔਰ ਬਾਲਮੀਕੀ ਭਾਈਚਾਰੇ ਦੇ ਨਾਲ ਜੁੜਾ ਰੱਖਣ ਵਾਸਤੇ ਇਸ ਆਰਗੇਨਾਈਜੇਸ਼ਨ ਨੂੰ ਬਣਾਇਆ ਸੀਗਾ ਜਿਹਦੇ ਹੁੰਦੇ ਹੋਏ ਆਲ ਇੰਡੀਆ ਰੰਗਰੇਟਾ ਦਲ ਦੀ ਇੱਕ ਇੰਨੀ ਖਾਸ ਮੁਕਾਮ ਸੀਗਾ ਇੱਕ ਇੰਨੀ ਖਾਸ ਜਗ੍ਹਾ ਸੀਗੀ ਔਰ ਸਾਡੀ ਕਾਂਗਰਸ ਪਾਰਟੀ ਦੇ ਅੰਦਰ ਕਿ ਕੋਈ ਵੀ ਪਾਰਟੀ ਦੇ ਡਿਸੀਜਨ ਇਸ ਦਲ ਨੇ ਸਦਾ ਹੀ ਕਾਂਗਰਸ ਪਾਰਟੀ ਦੇ ਨਾਲ ਸਾਥ ਦਿੱਤਾ ਹੈ ਪਰ ਅੱਜ ਅਸੀਂ ਆਪਣੀ ਕੌਮ ਦੇ ਰੋਸ ਵਜੋਂ ਕਿ ਸਾਨੂੰ ਉਹਨਾਂ ਨੇ ਅਣਗੋਲਿਆ ਕਿ ਸਾਨੂੰ ਕਾਂਗਰਸ ਪਾਰਟੀ ਤੋਂ ਅਸੀਂ 84 ਤੋਂ ਲੈ ਕੇ ਜਦੋਂ ਬਹੁਤ ਸਾਡਾ ਪੰਜਾਬ ਦੇ ਹਾਲਾਤ ਖਰਾਬ ਸਨ ਉਸ ਸਮੇਂ ਆਪ ਸਭ ਜਾਣਦੇ ਹੀ ਹੋ ਕਿ ਉਸ ਦੌਰ ਵਿੱਚ ਕਾਂਗਰਸ ਪਾਰਟੀ ਦਾ ਜਿਹੜਾ ਇੱਕ ਬਿਲਕੁਲ ਹੀ ਪੰਜਾਬ ਦੇ ਅੰਦਰ ਬਹੁਤ ਜ਼ਿਆਦਾ ਰੋਸ਼ ਸੀਗਾ 1984 ਵਿੱਚ ਮੇਰੇ ਪਿਤਾ ਜੀ ਸਵਰਗੀ ਸਰਦਾਰ ਬੂਟਾ ਸਿੰਘ ਜੀ ਜਿਹੜੇ ਕਿ ਸਾਬਕਾ ਗ੍ਰਹਿ ਮੰਤਰੀ ਰਹੇ ਹੋਏ ਨੇ ਭਾਰਤ ਸਰਕਾਰ ਦੇ ਇਹ ਆਰਗੇਨਾਈਜੇਸ਼ਨ ਆਲ ਇੰਡੀਆ ਰੰਗਰੇਟਾ ਦਲ ਅੱਜ ਅਸੀਂ ਆਲ ਇੰਡੀਆ ਰੰਗਰੇਟਾ ਦਲ ਵੱਲੋਂ ਰੋਸ ਕਾਂਗਰਸ ਦੇ ਜੋ ਟਿਕਟਾਂ ਦੇ ਅੱਜ ਅਸੀਂ ਆਲ ਇੰਡੀਆ ਰੰਗਰੇਟਾ ਦਲ ਵੱਲੋਂ ਇੱਕ ਰੋਸ ਮੀਟਿੰਗ ਰੱਖੀ ਹੈ ਕਿਉਂਕਿ ਕਾਂਗਰਸ ਦਾ ਕੌਮ ਮਜ਼ਬੀ ਸਿੱਖ ਕੌਮ ਦੇ ਨਾਲ ਅਤੇ ਬਾਲਮੀਕ ਭਾਈਚਾਰੇ ਦੇ ਨਾਲ ਬਹੁਤ ਅਨਿਆਏ ਕੀਤਾ ਹੈ ਉਸ ਦੇ ਰੋਸ ਵਜੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਗੁਰਕੀਰਤ ਕੌਰ ਐਡਵੋਕੇਟ ਹੈਗਾ ਮੈਂ ਸਾਬਕਾ ਗ੍ਰਹਿ ਮੰਤਰੀ ਸਰਦਾਰ ਬੂਟਾ ਸਿੰਘ ਜੀ ਦੀ ਬੇਟੀ ਹਾਂ ਔਰ ਮੈਂ ਕਾਂਗਰਸ ਪਾਰਟੀ ਦੀ ਵਰਕਰ ਹਾਂ ਜਿਹੜੀ ਕਿ ਇੱਕ ਸਾਲ ਤੋਂ ਪਿਛਲੇ ਸਾਲ ਤੋਂ ਮੇਰੇ ਪਿਤਾ ਜੀ ਜਦੋਂ ਉਹਨਾਂ ਦਾ 2 ਜਨਵਰੀ 2021 ਵਿੱਚ ਦੇਹਾਂਤ ਹੋ ਗਿਆ ਸੀਗਾ ਪਾਰਟੀ ਨੇ ਮੈਨੂੰ ਬੁਲਾ ਕੇ ਹਾਈ ਕਮਾਂਡ ਨੇ ਮੈਨੂੰ ਕੇਕ ਭੇਜਿਆ ਸੀ ਵੀ ਤੁਸੀਂ ਪੰਜਾਬ ਵਿੱਚ ਜਾਓ ਕਿਉਂਕਿ ਮੇਰੇ ਪਿਤਾ ਜੀ ਦਾ ਬਹੁਤ ਸਾਰਾ ਯੋਗਦਾਨ ਬਹੁਤ ਸਾਰਾ ਕੰਮ ਪੰਜਾਬ ਵਾਸਤੇ ਕੀਤਾ ਗਿਆ ਪੰਜਾਬ ਦੀ ਸਿਆਸਤ ਵਿੱਚ ਉਹਨਾਂ ਨੂੰ ਬਹੁਤ ਦਿਲਚਸਪੀ ਰਹਿੰਦੀ ਸੀਗੀ ਔਰ ਪੰਜਾਬ ਦੀ ਸੇਵਾ ਹਮੇਸ਼ਾ ਕਰਦੇ ਰਹੇ ਨੇ ਔਰ ਸਪੈਸ਼ਲੀ ਜਿਹੜਾ ਆਲ ਓਵਰ ਪੰਜਾਬ ਦੇ ਵਿੱਚ ਅਸੀਂ ਇੱਦਾਂ ਐਜੂਟੇਸ਼ਨ ਚਲਾਵਾਂਗੇ ਬਹੁਤ ਸਾਰੇ ਧੜੇਬੰਦੀਆਂ ਬਹੁਤ ਸਾਰੀਆਂ ਆਰਗਨਾਈਜੇਸ਼ਨਸ ਜਿਹੜੀਆਂ ਕਿ ਇਸ ਮੁੱਦੇ ਨੂੰ ਬਹੁਤ ਕਰੀਬੀ ਤੋਂ ਬਹੁਤ ਨੇੜੇ ਤੋਂ ਦੇਖ ਰਹੀਆਂ ਸੀਗੀਆਂ ਔਰ ਉਹਨਾਂ ਨੂੰ ਇਸ ਬਹੁਤ ਜ਼ਿਆਦਾ ਇਨਫੋਰਮੇਸ਼ਨ ਹੈਗੀ ਇਸ ਮੁੱਦੇ ਬਾਰੇ ਉਹਨਾਂ ਸਾਰਿਆਂ ਨੂੰ ਅਸੀਂ ਇਕੱਠਾ ਕਰਾਂਗੇ ਅਸੀਂ ਆਪਣਾ ਰੋਸ ਪ੍ਰਦਰਸ਼ਨ ਸਿਰਫ ਇੱਕ ਸੀਟ ਵਾਸਤੇ ਨਹੀਂ ਕਰ ਰਹੇ ਹਾਂ ਅਸੀਂ ਇਸ ਲਈ ਨਹੀਂ ਰੋਸ ਪ੍ਰਦਰਸ਼ਨ ਕਰ ਰਹੇ ਕਿ ਜੀ ਸਾਨੂੰ ਇੱਕ ਸੀਟ ਨਹੀਂ ਮਿਲੀ ਸੀਟਾਂ ਦਾ ਸਾਡੇ ਪਰਿਵਾਰ ਨੂੰ ਕਦੀ ਵੀ ਕੋਈ ਲਾਲਚ ਨਹੀਂ ਰਿਹਾ ਹੈਗਾ ਉੱਚੀਆਂ ਤੋਂ ਉੱਚੀਆਂ ਪਦਵੀਆਂ ਅਤੇ ਅਹੁਦਿਆਂ 'ਤੇ ਮੇਰੇ ਭਾਈ ਸਾਹਿਬ ਵੀ ਔਰ ਮੇਰੇ ਪਿਤਾ ਜੀ ਵੀ ਸਭ ਅਸੀਂ ਬਹੁਤ ਸਾਰਾ ਪੋਲੀਟੀਕਲ ਜਿਹੜੀ ਲਾਈਫ ਹੈ ਉਹ ਦੇਖੀ ਹੋਈ ਹੈ ਪਰ ਸਾਡੀ ਜਿਹੜੀ ਮੁੱਦਾ ਹੈ ਸਾਡਾ ਜਿਹੜੇ ਲੜਾਈ ਹੈ ਉਹ ਰਿਜ਼ਰਵੇਸ਼ਨ ਦੀ ਲੜਾਈ ਹੈ ਔਰ ਉਹਨੂੰ ਲੜਨ ਵਾਸਤੇ ਅਸੀਂ ਪੂਰੇ ਪੰਜਾਬ ਵਿੱਚ ਜਿਵੇਂ ਹੁਣ ਤੁਸੀਂ ਦੇਖਿਆ ਕਿ ਕਿਸਾਨੀ ਮੋਰਚਿਆਂ ਵਿੱਚ ਪੂਰਾ ਪੰਜਾਬ ਇੱਕ ਹੋ ਗਿਆ ਸੀਗਾ ਪੂਰਾ ਹਿੰਦੁਸਤਾਨ ਉਹਨਾਂ ਨਾਲ ਇੱਕ ਹੋ ਗਿਆ ਸੀਗਾ ਇਸੇ ਤਰੀਕੇ ਨਾਲ ਇਸੇ ਪੱਧਰ 'ਤੇ ਅਸੀਂ ਪੂਰੇ ਪੰਜਾਬ ਵਿੱਚ ਆਪਣੀ ਰਿਜ਼ਰਵੇਸ਼ਨ ਨੂੰ ਬਚਾਉਣ ਵਾਸਤੇ ਇੱਕ ਮੁਹਿੰਮ ਚਲਾਵਾਂ ਨਹੀਂ ਜਗਰਾਓਂ ਸੀਟ ਨੂੰ ਲੈ ਕੇ ਮੇਰੀ ਕੋਈ ਆਜ਼ਾਦ ਲੜਨ ਦੀ ਤਿਆਰੀ ਨਹੀਂ ਹੈ ਕਿਉਂਕਿ ਮੇਰੀ ਕੋਈ ਫੋਕਸ ਪੋਲੀਟੀਕਲ ਲਾਈਫ ਵਿੱਚ ਐਂਟਰ ਕਰਨ ਦੀ ਨਹੀਂ ਸੀਗੀ ਉਹ ਤਾਂ ਮੇਰੀ ਜਨਮ ਤੋਂ ਹੈਗੀ ਮੈਂ ਤਾਂ ਜੰਮੀ ਪੋਲੀਟੀਕਲ ਫੈਮਲੀ 'ਚ ਹਾਂ ਮੇਰੀ ਤਾਂ ਹੈ ਹੀ ਪੋਲੀਟੀਕਲ ਲਾਈਫ ਸੋ ਇਸ ਲਈ ਮੈਨੂੰ ਪੋਲੀਟਿਕਸ ਕਰਨ ਵਾਸਤੇ ਕੋਈ ਇੱਕ MLA ਦੀ ਟਿਕਟ ਦੀ ਲੋੜ ਨਹੀਂ ਹੈਗੀ ਮੈਨੂੰ ਜਿਹੜਾ ਪੋਲੀਟਿਕਸ ਹੈ ਉਹ ਸੋਸ਼ਲ ਸਰਵਿਸ ਦਿਖਦਾ ਹੈ ਉਹ ਕੋਈ ਮੈਨੂੰ ਪਾਵਰ ਹੰਗਰੀ ਪੋਲੀਟੀਸ਼ੀਅਨ ਬਣਨ ਦੀ ਲੋੜ ਨਹੀਂ ਹੈਗੀ ਇਸ ਕਰਕੇ ਮੇਰੀ ਪੋਲੀਟਿਕਸ ਜਿਹੜੀ ਹੈ ਉਹ ਸਿਰਫ ਰਿਜ਼ਰਵੇਸ਼ਨ ਨੂੰ ਬਚਾਉਣ ਵਾਸਤੇ ਹੈ ਕੋਈ ਟਿਕਟ ਦੇ ਉੱਤੇ ਕੋਈ ਇਲੈਕਸ਼ਨ ਲੜਨ ਦੀ ਨਹੀਂ ਹੈ ਹਾਈਕਮਾਂਡ ਬਿਲਕੁਲ ਸਾਡੀ ਗੱਲ ਸੁਣ ਰਹੀ ਹੈ ਹਾਈਕਮਾਂਡ ਨੇ ਪੂਰਾ ਸਾਨੂੰ ਸਹਿਯੋਗ ਦਿੱਤਾ ਹਾਈਕਮਾਂਡ ਨੂੰ ਜਦੋਂ ਇਸ ਖੁਲਾਸੇ ਦਾ ਪਤਾ ਚੱਲਿਆ ਜਦੋਂ ਹਾਈਕਮਾਂਡ ਨੂੰ ਇਸ ਗੱਲ ਦਾ ਪਤਾ ਚੱਲਿਆ ਕਿ ਕਿੰਨਾ ਵੱਡਾ ਸ਼ਡਿਅੰਤਰ ਜਿਹੜਾ ਰਿਜ਼ਰਵੇਸ਼ਨ ਦੇ ਨਾਲ ਧੱਕਾ ਕਰਨ ਜਾ ਰਹੇ ਨੇ ਉਹਨਾਂ ਨੇ ਉਸੇ ਵੇਲੇ ਮੀਟਿੰਗ ਕਾਲ ਕੀਤੀ ਔਰ ਉਹਨਾਂ ਨੇ ਮੈਨੂੰ ਦਿੱਲੀ ਬੁਲਾਇਆ ਔਰ ਮੈਂ ਆਪਣੀ ਸਾਰੀ ਤਿਆਰੀ ਕਰਕੇ ਦਿੱਲੀ ਜਾ ਕੇ ਤੁਹਾਡੀ ਨਾ ਜਿਹੜੀ ਗੱਲ ਹੈਗੀ ਹੈ ਜੇ ਨਾ ਪੂਰੀ ਗਈ ਜੇ ਮੰਗ ਪੂਰੀ ਨਹੀਂ ਹੋਈ ਔਰ ਮੰਗ ਪੂਰੀ ਹੋਣ ਤੋਂ ਪਹਿਲਾਂ ਵੀ ਅਸੀਂ ਆਪਣੇ ਸਾਰੇ ਧੜੇਬੰਦੀਆਂ ਨੂੰ ਇੱਥੇ ਬੁਲਾ ਲਿਆ ਔਰ ਉਹਨਾਂ ਨੂੰ ਕਹਿਤਾ ਕਿ ਉਹ ਸੰਘਰਸ਼ ਕਰਨ ਵਾਸਤੇ ਤਿਆਰ ਹੋ ਜਾਣ ਪੂਰੇ ਪੰਜਾਬ ਵਿੱਚ ਅਸੀਂ ਬਹੁਤ ਛੇਤੀ ਹੀ ਆਪਣੇ ਸੰਘਰਸ਼ ਦਾ ਤੁਹਾਡੇ ਸਾਹਮਣੇ ਇੱਕ ਮੁਜ਼ਾਹਰਾ ਦਿਖਾਵਾਂਗੇ ਜੇ ਕਾਂਗਰਸ ਪਾਰਟੀ ਸਾਡੀ ਸੁਣੇਗੀ ਜੇ ਹਾਈਕਮਾਂਡ ਸਾਡੇ ਇਸ ਰਿਜ਼ਰਵੇਸ਼ਨ ਦੇ ਮੁੱਦੇ ਨੂੰ ਸੁਣੇਗੀ ਜੇ ਕਾਂਗਰਸ ਪਾਰਟੀ ਇਸ ਰਿਜ਼ਰਵੇਸ਼ਨ ਦੇ ਮੁੱਦੇ ਦੇ ਨਾਲ ਛੇੜਖਾਨ ਕਰਨ ਤੋਂ ਬਚੇਗੀ ਤਾਂ ਅਸੀਂ ਕਾਂਗਰਸ ਦੇ ਨਾਲ ਹਾਂ ਨਹੀਂ ਤਾਂ ਫਿਰ ਸਾਡਾ ਜਿਹੜਾ ਵੀ ਫੈਸਲਾ ਹੈਗਾ ਉਹ ਕੌਮ ਦਾ ਫੈਸਲਾ ਹੋਏਗਾ ਔਰ ਅਸੀਂ ਉਹਦੇ ਨਾਲ ਹੋਵਾਂਗੇ
मैं बहुत छेती ही दिल्ली वापस जा रही हूँ। कल परसों तक मैं दिल्ली पहुँच के मेरा समय। वाहेगुरु जी का खालसा, वाहेगुरु जी की फतेह। मेरा नाम अवतार सिंह खालसा, पंजाब प्रधान आल इंडिया रंगरेटा दल। अज असी ये जो मीटिंग आल इंडिया रंगरेटा दल वालों बुलाई सी, और आल इंडिया रंगरेटा दल बहुत देर तो कांग्रेस पार्टी के नाल सपोर्ट करता आ रहा सी, पर अज सानू बहुत अफसोस ना कहना पै रहा है कि सानू आल इंडिया रंगरेटा दल नू जो कांग्रेस पार्टी ने बहुत साढ़े नाल एक धोखा किया है कि सानू जो सीटा साड़िया बन दिया सन वो साड़िया कट्टिया गई हैं। और असी आज आल इंडिया रंगरेटा दल वालों सानू बहुत रोस है कांग्रेस पार्टी ते, जे साड़ी ये ना सुनी गई तो असी हो सकता है रंगरेटा दल वालों कांग्रेस पार्टी का असी वोटा बाईकाट करांगे। ठीक है।